ਬਹੁਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਵੱਡੀ ਵਿਲੱਖਣ ਘਟਨਾ ਸਾਹਿਬ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਪੰਜਾਬ ਵਿੱਚ ਅੱਜ ਵਾਪਰੀ ਆ। ਸਾਹਿਬ ਕਾਂਸ਼ੀ ਰਾਮ ਜੀ ਦਾ ਸੁਪਨਾ ਸੀ ਕਿ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਜੀ ਦੀ ਕੁੱਲ ਵੰਸ਼ ਕੰਬੋਜ ਭਾਈਚਾਰਾ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਲਾਂਘਾ ਪੁੱਟੇ। ਉਸੇ ਲੜੀ ਦੇ ਵਿੱਚ ਫਿਰੋਜ਼ਪੁਰ ਔਰ ਫਾਜ਼ਿਲਕਾ ਇਲਾਕੇ ਦੇ ਵੱਡੇ ਨਾਮਵਰ ਮਾਨਯੋਗ ਸ਼੍ਰੀ ਸੁਰਿੰਦਰ ਕੰਬੋਜ ਜੀ, ਜਿਨ੍ਹਾਂ ਦਾ ਬੇਟਾ ਮਾਨਯੋਗ ਸ਼੍ਰੀ ਜਗਦੀਪ ਕੰਬੋਜ ਗੋਲਡੀ ਸਾਹਿਬ ਜਲਾਲਾਬਾਦ ਤੋਂ MLA ਆ, ਜਿਹੜੇ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਮਾਨਯੋਗ ਸੁਰਿੰਦਰ ਕੰਬੋਜ ਜੀ ਦੇ ਆਸ਼ੀਰਵਾਦ ਦੇ ਨਾਲ MLA ਬਣੇ ਸੀ। ਅੱਜ ਸੁਰਿੰਦਰ ਕੰਬੋਜ ਜੀ ਆਮ ਆਦਮੀ ਪਾਰਟੀ ਜਿਹੜੀ ਗਰੀਬ ਮਾਰੂ ਨੀਤੀਆਂ 'ਤੇ ਚੱਲ ਰਹੀ ਆ, ਦਲਿਤ ਮਾਰੂ ਪਛੜਾ ਵਰਗ ਮਾਰੂ ਨੀਤੀਆਂ 'ਤੇ ਚੱਲ ਰਹੀ ਆ, ਸ਼ਹੀਦਾਂ ਦੀ ਸੋਚ ਨੂੰ ਘਾਣ ਕਰਨ ਵਾਲੀਆਂ ਨੀਤੀਆਂ 'ਤੇ ਚੱਲ ਰਹੀ ਆ, ਉਹ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਆ। ਬਹੁਜਨ ਸਮਾਜ ਪਾਰਟੀ ਉਹਨਾਂ ਦਾ ਜੀਆਂ ਕਰਦੀ ਆ, ਸਵਾਗਤ ਕਰਦੀ ਆ। ਜਲੰਧਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਉਹਨਾਂ ਦੀ ਹਾਜ਼ਰੀ ਦੇ ਵਿੱਚ BSP ਪਾਰਟੀ ਜਿਹੜੀ ਮੈਂ ਜੁਆਇਨ ਕਰ ਰਿਹਾ, ਔਰ ਮੈਂ ਪੂਰੀ ਤਨਦੇਹੀ ਨਾਲ ਇਹ ਪਾਰਟੀ ਨੂੰ ਇਲਾਕੇ ਦੇ ਵਿੱਚ ਮਜ਼ਬੂਤ ਕਰੂੰਗਾ।